73 ਵਰ੍ਹੇਗੰਢ ਦੇ ਮੌਕੇ ਆਜ਼ਾਦੀ ਦੀ 73 ਵਰ੍ਹੇਗੰਢ ਦੇ ਮੌਕੇ ਤੇ ਸਾਡੇ ਫਰੀਡਮ ਫਾਈਟਰ ਪਰਿਵਾਰ ਨੂੰ ਅੱਜ ਪ੍ਰਸ਼ਾਸਨ ਵੱਲੋਂ SDM ਸਾਹਿਬ, ਤਹਿਸੀਲਦਾਰ ਸਾਹਿਬ ਅਤੇ ਹੋਰ ਵੀ BDPO ਸਾਹਿਬ, ATO ਸਾਹਿਬ ਵੱਲੋਂ, ਉਹਨਾਂ ਵੱਲੋਂ ਸਾਰੇ ਜਿੰਨੇ ਵੀ ਪ੍ਰਸ਼ਾਸਨ ਵੱਲੋਂ ਅੱਜ ਅਧਿਕਾਰੀ ਸਾਰੇ ਫਰੀਡਮ ਫਾਈਟਰ ਨੂੰ ਸਨਮਾਨ ਕਰਨਾ ਹੈ, ਕਿਉਂਕਿ ਬਹੁਤ ਵੱਡੀ ਮਾਣ ਦੀ ਗੱਲ ਹੈ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਪੰਜਾਬੀਆਂ ਨੇ 90% ਕੁਰਬਾਨੀਆਂ ਦਿੱਤੀਆਂ ਔਰ ਅੱਜ ਜੋ ਸਨਮਾਨ ਮਿਲ ਰਿਹਾ ਬਹੁਤ ਵੱਡਾ ਸਾਡੇ ਲਈ ਮਾਣ ਦੀ ਗੱਲ ਹੈ। ਮੈਂ ਧੰਨਵਾਦ ਕਰਦਾ ਸਾਡੇ ਮੇਰੇ ਬਜ਼ੁਰਗ ਬੈਠੇ ਨੇ, ਸਰ ਰਾਏ ਸਿੰਘ ਜੀ, ਸਰ ਤਲੋਕ ਸਿੰਘ ਜੀ, ਸਰ ਦਰਸ਼ਨ ਸਿੰਘ ਜੀ, ਸਰ ਨੱਥਾ ਸਿੰਘ ਜੀ, ਮੇਰੀ ਸਾਡੇ ਮਾਤਾ ਸਤਿਕਾਰਯੋਗ ਮਾਤਾ ਸੁਰਜੀਤ ਕੌਰ ਜੀ, ਜਿਨ੍ਹਾਂ ਨੇ ਆਜ਼ਾਦੀ ਦੇ ਅਹਿਮ ਯੋਗਦਾਨ ਪਾਇਆ। ਅੱਜ ਸਨਮਾਨ ਲੈ ਕੇ ਬਹੁਤ ਵੱਡਾ ਸਨਮਾਨ ਮਹਿਸੂਸ ਹੋ ਰਿਹਾ ਔਰ ਨਾਲ ਹੀ ਆਜ਼ਾਦੀ ਦੀ ਜੋ 15 ਅਗਸਤ ਦਾ ਮੌਕੇ 'ਤੇ ਆਜ਼ਾਦੀ ਜਸ਼ਨ ਮਨਾ ਰਿਹਾ, ਇਸ ਦੀਆਂ ਮੈਂ ਸਮੂਹ ਦੇਸ਼ ਵਾਸੀਆਂ ਨੂੰ, ਸਮੂਹ ਪੰਜਾਬੀ ਭਾਈਚਾਰੇ ਨੂੰ, ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ। ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਅੱਜ ਸਰਕਾਰ ਵੱਲੋਂ ਸਾਨੂੰ ਹਦਾਇਤ ਹੋਈ ਸੀ ਕਿ ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਜੋ ਸਾਡੇ ਸੁਤੰਤਰਤਾ ਸੈਨਾਨੀ ਨੇ, ਜਿਨ੍ਹਾਂ ਕਰਕੇ ਅੱਜ ਅਸੀਂ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ, ਤਾਂ ਸਰਕਾਰ ਵੱਲੋਂ ਸਾਨੂੰ ਉਦੇਸ਼ ਹੋਇਆ ਸੀ ਕਿ ਉਹਨਾਂ ਸੁਤੰਤਰਤਾ ਸੰਗਰਾਮੀਆਂ ਦਾ ਅਸੀਂ ਜੋ ਹੈ ਇੱਕ ਫੰਕਸ਼ਨ, ਜੋ ਤੁਹਾਨੂੰ ਪਤਾ ਹੀ ਹੈ ਹਰ ਸਾਲ ਆਪਾਂ ਦਾਣਾ ਮੰਡੀ ਖੰਨਾ ਵਿਖੇ ਹੁੰਦਾ ਹੈ, ਉਹ ਕੋਵਿਡ ਦੀ ਰਿਸਟ੍ਰਿਕਸ਼ਨ ਕਰਕੇ ਨਹੀਂ ਕਰ ਪਾਏ। ਇਸ ਕਰਕੇ ਅੱਜ ਅਸੀਂ ਸਾਡੇ ਸੁਤੰਤਰਤਾ ਸੈਨਾਨੀਆਂ ਦਾ ਧੰਨਵਾਦ ਕਰਨ ਲਈ ਸਰਦਾਰ ਰਾਏ ਸਿੰਘ ਪਤੰਗਾ, ਜੋ ਸੁਤੰਤਰਤਾ ਸੰਗਰਾਮੀ ਨੇ, ਉਹਨਾਂ ਦੇ ਘਰ ਆ ਕੇ ਅਸੀਂ ਸੁਤੰਤਰਤਾ ਸੈਨਾਨੀਆਂ ਦਾ ਸਨਮਾਨ ਕੀਤਾ ਅਤੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਅੱਜ ਜੋ ਇੰਨਾ ਵਡਭਾਗਾ ਮੌਕਾ ਮਿਲਿਆ। ਅਤੇ ਇਸ ਦੇ ਨਾਲ ਨਾਲ ਹੀ ਸਾਰਿਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ ਮੁਬਾਰਕਾਂ। ਜੈ ਹਿੰਦ। ਇੰਡੀਪੈਂਡੈਂਸ ਡੇ ਦੇ ਓਕੇਜ਼ਨ 'ਤੇ ਜਿਨ੍ਹਾਂ ਕਰਕੇ, ਜਿਨ੍ਹਾਂ ਸੱਜਣਾ ਕਰਕੇ, ਜਿਨ੍ਹਾਂ ਸਾਡੇ ਸੁਤੰਤਰਤਾ ਸੈਨਾਨੀਆਂ ਕਰਕੇ ਸਾਨੂੰ ਇਹ ਮਾਣ ਪ੍ਰਾਪਤ ਹੋਇਆ, ਸਾਨੂੰ ਇਹ ਫਰੀਡਮ ਪ੍ਰਾਪਤ ਹੋਈ ਹੈ, ਉਹਨਾਂ ਨੂੰ ਅਸੀਂ ਅੱਜ ਸਨਮਾਨਿਤ ਕਰਨ ਆਏ ਹਾਂ। ਇਸ ਮਹਾਂਮਾਰੀ ਦੇ ਕਾਰਨ ਉੱਥੇ ਵੱਡਾ ਪ੍ਰੋਗਰਾਮ ਨਹੀਂ ਕਰ ਸਕਦੇ, ਇਹਨਾਂ ਦੀ ਉਮਰ ਵੀ ਜ਼ਿਆਦਾ, ਥੋੜ੍ਹੇ ਵੰਡਰੇਬਲ ਹੁੰਦੇ ਨੇ, ਇਸ ਕਰਕੇ ਇਹਨਾਂ ਨੂੰ ਉੱਥੇ ਨਹੀਂ ਕਰਨਾ ਚਾਹਿਆ ਸਰਕਾਰ ਨੇ, ਤਾਂ ਅਸੀਂ ਇਹਨਾਂ ਸਨਮਾਨ ਇੱਥੇ ਕਰਨਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਪੱਤਰਕਾਰ ਭਰਾਵਾਂ ਦੇ ਥਰੂ ਅਪੀਲ ਕਰਦਾ ਹਾਂ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਮਾਸਕ ਪਾਓ, ਥੋੜ੍ਹੀ ਦੂਰੀ ਮੇਨਟੇਨ ਕਰੋ ਅਤੇ ਆਪਣਾ ਧਿਆਨ ਰੱਖੋ।